ਵੇਂਦੇ ਨੇ ਸਿੱਖੀ ਖੰਡਿਓ ਤਿੱਖੀ ਅੱਜ ਅਸੀਂ ਜਿਹੜੀ ਇੱਕ ਨਵੀਂ ਚਰਚਾ ਛੇੜਾਂਗੇ ਇੱਕ ਇਤਫਾਕ ਬਣ ਚੁੱਕਾ ਸਿੱਖ ਕੌਮ ਦੇ ਵਿੱਚ ਜਿਹੜੇ ਇੱਕ ਸਾਲ ਦੇ ਵਿੱਚ ਹੀ ਚਿਹਰੇ ਚਮਕੇ ਨੇ ਉਹ ਚਿਹਰਿਆਂ ਦੇ ਕਰਤਾਰ ਬਾਰੇ ਅਸੀਂ ਗੱਲ ਨਹੀਂ ਕਰਾਂਗੇ ਲੇਕਿਨ ਇਤਫਾਕ ਨੂੰ ਇੱਕ ਦੂਜੇ ਦੇ ਨਾਲ ਉਹਨਾਂ ਦਾ ਲਿੰਕ ਜੁੜਦਾ ਨਾਮ ਦੀਪ ਸਿੱਧੂ ਅਮਰਤਪਾਲ ਸਿੰਘ ਤੇ ਸੰਦੀਪ ਸਿੰਘ ਆਖਰ ਤੁਸੀਂ ਸੋਚੋਗੇ ਕਿ ਆਖਰ ਇਹਨਾਂ ਤਿੰਨਾਂ ਦੇ ਵਿੱਚ ਕੀ ਰਿਸ਼ਤਾ ਤੇ ਕਿਹੜਾ ਇਤਫਾਕ ਆ ਕਿ ਇਹਨਾਂ ਦਾ ਆਪਸੀ ਸਮੇਲ ਬਣ ਚੁੱਕਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਦੀਪ ਸਿੱਧੂ ਦੀ ਫਿਰ ਅਮਰਤਪਾਲ ਸਿੰਘ ਦੀ ਤੇ ਫਿਰ ਸੰਦੀਪ ਸਿੰਘ ਦੀ ਹੁਣ ਸੰਦੀਪ ਸਿੰਘ ਵੀ ਇੱਕ ਚਰਚਾ ਦੇ ਵਿੱਚ ਆ ਚੁੱਕਾ ਹੈ ਖਾਸ ਕਰਕੇ ਸਿੱਖ ਸਿਆਸਤ ਦੇ ਵਿੱਚ ਜਿਨ੍ਹਾਂ ਨੇ ਸੁਦੀਰ ਸੂਰੀ ਜਿਹੜਾ ਸਿਪ ਸੈਨਾ ਟਕਸਾਲੀ ਦਾ ਪ੍ਰਧਾਨ ਸੀ ਉਹਦਾ ਕਤਲ ਕੀਤਾ ਤੇ ਦੀਪ ਸਿੱਧੂ ਤੇ ਅਮਰਤਪਾਲ ਸਿੰਘ ਬਾਰੇ ਤੇ ਸਾਰੇ ਜਾਣਦੇ ਨੇ ਵਾਰਸ ਪੰਜਾਬ ਦੇ ਜਿਹੜੀ ਸਭ ਤੋਂ ਪਹਿਲਾਂ ਜਥੇਬੰਦੀ ਬਣਾਈ ਸੀ ਹੁਣ ਬਹੁਤ ਸਾਰੀਆਂ ਏਜੰਸੀਆਂ ਉਹਨਾਂ ਨੂੰ ਗਰਮਖਿਆਲੀ ਤੜਾ ਕਹਿਣ ਲੱਗ ਪਈਆਂ ਨੇ ਲੇਕਿਨ ਜਿਸ ਸੋਚ ਦੇ ਨਾਲ ਦੀਪ ਸਿੱਧੂ ਨੇ ਬਣਾਈ ਹੋਗੀ ਸ਼ਾਇਦ ਉਹਦਾ ਮੰਤਬ ਤੇ ਮਕਸਦ ਹੋਰ ਹੋਵੇ ਜਾਂ ਇਹ ਵੀ ਨਹੀਂ ਕਹਿ ਸਕਦੇ ਕਿ ਜਿਹੜੇ ਹੁਣ ਬਾਗੜੋ ਦੇ ਸੰਭਾਲੇ ਜਿਨ੍ਹਾਂ ਨੇ ਅਮਰਤਪਾਲ ਸਿੰਘ ਉਹਨਾਂ ਦਾ ਵੀ ਮਕਸਦ ਤੇ ਮੰਤਬ ਹੋ ਸਕਦਾ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਲੈ ਕੇ ਉਹਨਾਂ ਦੇ ਮੰਚੇ ਜਾਂ ਮਕਸਦ ਹੋਣ ਦੀਪ ਸਿੱਧੂ ਦੀ ਅਗਰ ਗੱਲ ਕੀਤੀ ਜਾਵੇ ਤਾਂ ਦੀਪ ਸਿੱਧੂ ਵੀ ਚਾਹੇ ਸਿੱਖ ਪਰਿਵਾਰ ਦੇ ਨਾਲ ਸਬੰਧ ਰੱਖਦੇ ਨੇ ਬਹੁਤ ਸਾਰੇ ਸਿੱਖ ਪਰਿਵਾਰ ਦੇ ਨਾਲ ਸਬੰਧ ਰੱਖਦੇ ਨੇ ਖਾਸ ਕਰਕੇ ਅਗਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੀ ਧੀਆਂ ਪੁੱਤ ਜਾਂ ਪੁੱਤਰ ਜਾਂ ਗਾਂਜਵਾਈ ਬਹੁਤ ਸਾਰੇ ਸਿਰੋ ਮੋਨੇ ਆ ਔਰ ਇਸ ਕਰਕੇ ਪੰਜਾਬ ਦੇ ਵਿੱਚ ਚਾਹੇ ਤੁਸੀਂ ਸਿੱਖ ਪਰਿਵਾਰ ਦੇ ਵਿੱਚ ਜੰਮੇ ਜੇ ਲੇਕਿਨ ਸਿਰੋ ਅਗਰ ਤੁਸੀਂ ਮੋਨੇ ਹੋ ਤੇ ਕੋਈ ਐਡਾ ਗੁਨਾਹ ਵੀ ਨਹੀਂ ਲੇਕਿਨ ਸਿੱਖੀ ਇੱਕ ਆਪਣੇ ਆਪ ਚ ਇੱਕ ਪਰਮਾਤਮਾ ਦੀ ਗੁਰੂ ਸਾਹਿਬ ਸਾਨੂੰ ਉਹ ਬਖਸ਼ ਦੇਗੇ ਨੇ ਜਿਸ ਕਰਕੇ ਇੱਕ ਸਿੱਖ ਦਾ ਇੱਕ ਵੱਖਰਾ ਹੀ ਰੂਪ ਆ ਔਰ ਜਿੰਨੀਆਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਦੇਸ਼ ਦੀ ਆਜ਼ਾਦੀ ਵਾਸਤੇ ਉਹ ਤੇ ਕੋਈ ਬੇਹਤਾਸ਼ਾ ਤੇ ਨਾ ਹੀ ਏਡੀ ਵੱਡੀ ਕੋਈ ਕੁਰਬਾਨੀ ਇਤਿਹਾਸ ਦੇ ਵਿੱਚ ਪਹਿਲਾਂ ਕਿਸੇ ਕੌਮ ਨੇ ਦਿੱਤੀ ਆ ਨਾ ਅੱਜ ਤੇ ਨਾ ਹੀ ਆਉਣ ਵਾਲੀਆਂ ਸਦੀਆਂ ਦੇ ਵਿੱਚ ਉਹ ਜੋ ਸਿੱਖ ਕੌਮ ਨੂੰ ਮਾਣ ਬਖਸ਼ਿਆ ਉਹ ਵੱਖਰੀ ਗੱਲ ਕਿ ਕਰਜ਼ਦਾਰ ਨੇ ਸਰਕਾਰਾਂ ਉਹਦਾ ਇਨਾਮ ਤੇ ਨਹੀਂ ਮਿਲਿਆਗਾ ਲੇਕਿਨ ਸਿੱਖ ਹਮੇਸ਼ਾ ਕਿਉਂਕਿ ਸਿੱਖ ਕੌਮ ਤੇ ਸਿੱਖ ਧਰਮ ਤੇ ਸਿੱਖ ਪੰਥ ਤੇ ਗੁਰੂ ਸਬਾਨਾ ਦਾ ਇੱਕ ਕਹਿ ਸਕਦੇ ਕਿ ਜਾਪਤਾ ਲੱਗਾ ਹੋਇਆ ਤੇ ਉਸ ਜਾਪਤੇ ਦੇ ਉਸ ਫਲਸਫੇ ਦੇ ਉਸ ਸਿਧਾਂਤ ਤੇ ਉਸ ਉਪਦੇਸ਼ ਤੇ ਉਸ ਤੇ ਹੀ ਸਿੱਖ ਕੌਮ ਹਮੇਸ਼ਾ ਲੜਦੀ ਰਹਿੰਦੀ ਆ ਮਰਦੀ ਰਹਿੰਦੀ ਆ ਤੇ ਝੁੱਕਦੀ ਨਹੀਂ ਹੈਗੀ ਤੇ ਅੱਗੇ ਵੱਧਦੀ ਰਹਿੰਦੀ ਆ ਚਾਹੇ ਪਿੰਡੇ ਤੇ ਬਹੁਤ ਜ਼ਖਮ ਹੰਡਾਏ ਨੇ ਹੁਣ ਰਹੀ ਗੱਲ ਕਿ ਅਸੀਂ ਜਿਹੜੇ ਅੱਜ ਤਿੰਨ ਜਿਹੜੇ ਦੀਪ ਸਿੱਧੂ ਜਾਂ ਅਮਰਤਪਾਲ ਸਿੰਘ ਜਾਂ ਫਿਰ ਸੰਦੀਪ ਸਿੰਘ ਸਨਨੀ ਦੀ ਗੱਲ ਕਰ ਰਿਹਾ ਮਤਲਬ ਇਹ ਹੈ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਲੇਕਿਨ ਤਿੰਨੇ ਹੀ ਸੁਰਤੋਂ ਮੋਨੇ ਸੀ ਲੇਕਿਨ ਜੋ ਦੀਪ ਸਿੱਧੂ ਮਰ ਤੋਂ ਬਾਅਦ ਜਿਵੇਂ ਉਹਨਾਂ ਦਾ ਨਾਮ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਉਛਲਿਆ ਤੇ ਉਹ ਸਾਰਿਆਂ ਨੂੰ ਪਤਾ ਹੁਣ ਅਮਰਤਪਾਲ ਹਜੇ ਮੀਨਾ ਵੀ ਨਹੀਂ ਹੋਇਆ ਲੇਕਿਨ ਅਬ ਅਮਰਤਪਾਲ ਸਿੰਘ ਵੀ ਆਪਣੀ ਇੱਕ ਨਵੀਂ ਪਛਾਣ ਬਣਾ ਚੁੱਕਾ ਇੱਕ ਇਦਾਂ ਦਾ ਰੂਪ ਦੇਖਿਆ ਜਾ ਰਿਹਾ ਕਿ ਸ਼ਾਇਦ ਭਵਿੱਖ ਦੇ ਵਿੱਚ ਸਿੱਖ ਕੌਮ ਦੀ ਉਹ ਅਗਵਾਈ ਅਮਰਤਪਾਲ ਸਿੰਘ ਹੀ ਕਰੇਗਾ ਹਲੇ ਬਿਖੜੇ ਪੈਂਡੇ ਨੇ ਲੰਮੇ ਪੈਂਡੇ ਨੇ ਔਰ ਸਫਰ ਕਰਨਾ ਹਲੇ ਬਾਕੀ ਹਲੇ ਤੇ ਲੱਗਦਾ ਕਿ ਅਮਰਤਪਾਲ ਸਿੰਘ ਉਹਨਾਂ ਨੇ ਛੋਟੇ ਛੋਟੇ ਕਦਮ ਹੀ ਪੁੱਟੇ ਨੇ ਉਹ ਅਮਰਤਪਾਲ ਸਿੰਘ ਉਹਨਾਂ ਨੇ ਨਿਰ ਫੈਸਲਾ ਲੈਣਾ ਹੈਗਾ ਕਿ ਉਹਨਾਂ ਨੇ ਸਫਰ ਕਿਵੇਂ ਕਰਨਾ ਜਾਂ ਕੌਮ ਦੀ ਅਗਵਾਈ ਕਿਵੇਂ ਕਰਨੀ ਆ ਤੇ ਕਿਵੇਂ ਸਾਰੇ ਫਿਰਕਿਆਂ ਨੂੰ ਧਰਮਾਂ ਨੂੰ ਜਾਤਾਂ ਨੂੰ ਨਾਲ ਲੈ ਕੇ ਚੱਲਣਾ ਇਹ ਅਮਰਤਪਾਲ ਸਿੰਘ ਉਹਨਾਂ ਤੇ ਨਿਰਭਰ ਕਰਦਾ ਹੁਣ ਦੀਪ ਸਿੱਧੂ ਹੈ ਪੰਜਾਬੀ ਮੁੰਡਾ ਸਿੱਖਾਂ ਦਾ ਮੁੰਡਾ لیکن ਉਹਦੀ ਜਿਹੜੀ ਸ਼ੁਰੂਆਤ ਹੈ ਜਿਹੜੀ ਜ਼ਿੰਦਗੀ ਹੈ ਉਹ ਫਿਲਮੀ ਕੈਰੀਅਰ ਤੋਂ ਸ਼ੁਰੂ ہوئی ਆ ਹਾਲਾਂਕਿ ਉਹ ਪਹਿਲਾਂ وکالت ਚੰਗੀ ਕੀਤੀ ਹੈ ਬੰਬੇ ਵੱਡੇ ਵੱਡੇ ਐਕਟਰਾਂ ਦੇ ਜਿਹੜੇ ਕੇਸ ਉਹ ਲੜਦੇ ਰਹੇ ਨੇ ਫਿਰ ਪਰਿਵਾਰ ਦੇ ਨਾਲ ਸੰਬੰਧ ਬਣ ਜਾਂਦੇ ਨੇ ਤਰਵਿੰਦਰ ਪਰਿਵਾਰ ਦੇ ਨਾਲ سنی دی올 ਦੇ ਨਾਲ ਔਰ ਫਿਰ ਪੰਜਾਬੀ ਫਿਲਮਾਂ 'ਚ ਵੀ ਕੰਮ ਕਰਦੇ ਹੀਰੋ ਦੇ ਤੌਰ ਤੇ ਚਾਹੇ ਉਹਦਾ ਜੋਰਾ ਫਿਲਮ ਜੋਰਾ 10 ਨੰਬਰੀਆ ਫਿਲਮ ਜਾਂ ਹੋਰ ਵੀ ਜਿਹੜੀਆਂ ਫਿਲਮਾਂ ਦੇ ਵਿੱਚ ਉਹਨਾਂ ਕੰਮ ਕੀਤਾ ਔਰ ਜਦੋਂ ਭਾਰਤੀ ਜਨਤਾ ਪਾਰਟੀ ਸਨੀ ਦਿਵਲੂ ਗੁਰਦਾਸਪੁਰ ਤੋਂ ਚੋਣ ਲੜਾਉਂਦੀ ਤਾਂ ਉਹਦੇ ਉੱਥੇ ਬਤੌਰ ਅਬਜ਼ਰਵਰ ਲਾ ਲੋ ਪੀਏ ਲਾ ਲੋ ਕੰਮ ਕਰਦੇ ਨੇ ਫਿਰ ਉਸ ਤੋਂ ਬਾਅਦ ਜਿਹੜਾ ਮਸਲਾ ਆ ਜਾਂਦਾ ਤਿੰਨ ਖੇਤੀ ਕਾਨੂੰਨ ਤਿੰਨ ਖੇਤੀ ਕਾਨੂੰਨ ਲੈ ਕੇ ਪੰਜਾਬ ਤੜਫੁੱਟਿਆ ਸੀ ਕਿਉਂਕਿ ਪੰਜਾਬ ਜੇ ਜਾਣਿਆ ਜਾਂਦਾ ਪਛਾਣਿਆ ਜਾਂਦਾ ਤੇ ਉਹ ਖੇਤੀ ਪ੍ਰਧਾਨ ਸੂਬਾ ਜਿਹਨੇ ਭੁੱਖੇ ਦੇਸ਼ ਦਾ ਢਿੱਡ ਭਰਿਆ ਸੀ ਆਪ ਵੀ ਭੁੱਖੇ ਰਹੇ ਤੇ ਜ਼ਮੀਨਾਂ ਵੀ ਨਿਸ਼ੇੜੀ ਕਰ ਲੀਆਂ ਤੇ ਦੇਸ਼ ਦਾ ਢਿੱਡ ਭਰਿਆਗਾ ਰਜਮਾ ਅਨਾਜ ਦਿੱਤਾ ਖੇਤੀ ਕਾਨੂੰਨਾਂ ਲੈ ਕੇ ਪੰਜਾਬ ਦੇ ਲੋਕਾਂ ਨੇ ਲੜਾਈ ਲੜੀ ਉਸ ਲੜਾਈ ਦੇ ਵਿੱਚ ਸਾਰੀ ਦੁਨੀਆ ਨੇ ਹਿੱਸਾ ਪਾਇਆ ਇੱਥੋਂ ਤੱਕ ਕਿ ਵਰਲਡ ਦੇ ਨਾਮੀ ਜਿਹੜੇ ਸਿੰਗਰ ਨੇ ਉਹਨਾਂ ਵੀ ਇਸ ਲੜਾਈ ਦੇ ਵਿੱਚ ਹਿੱਸਾ ਪਾਇਆ ਉਹ ਵੱਖਰੀ ਗੱਲ ਹੈ ਕਿ ਭਾਰਤ ਸਰਕਾਰ ਨੇ ਉਹਨਾਂ ਦੇ ਖਿਲਾਫ ਬਾਅਦਚਕੀ ਇਸ ਵੀ ਦਰਜ ਕੀਤੇ ਨੇ ਕਿਸਾਨਾਂ ਨੂੰ ਵੀ ਬੜਾ ਬੁਰਾ ਭਲਾ ਗਿਆ ਖਾਲਸਤਾਨੀ ਕਿਹਾ ਗਿਆ ਪਾਕਿਸਤਾਨੀ ਕਿਹਾ ਗਿਆ ਬਹੁਤ ਕੁਝ ਸਮਾਇਵਾਦੀ ਕਿਹਾ ਗਿਆ ਲੇਕਿਨ ਫਿਰ ਵੀ ਸਰਕਾਰ ਨੂੰ ਚੁੱਕਣਾ ਪਿਆ لیکن دیپ سیدھو ہونا نے بھی شروع ਕੀਤਾ ਸੀ ਸ਼ੰਭੂ ਤੋਂ ਕਿਸਾਨੀ ਅੰਦੋਲਨ ਦੇ ਖਿਲਾਫ ਹਾਲਾਂਕਿ ਉਹਨਾਂ ਦੇ ਬਾਅਦ ਬਹੁਤ ਸਾਰੇ ਇਲਜ਼ਾਮ ਵੀ ਲੱਗੇ ਲਾਚਨ ਵੀ ਲੱਗੇ ਸੀ ਲੇਕਿਨ ਉਹ ਲੜਦੇ ਰਹੇ ਝਗੜਦੇ ਰਹੇ ਲੇਕਿਨ ਜਦ ਸਿੰਘੂ ਮੋਰਚੇ ਦੀ ਸਟੇਜ ਤੇ ਉਹਨਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉੱਥੇ ਵੀ ਜਿੱਧਰ ਲਾਲ ਕਿਲੇ ਤੇ ਕੀਤਾ ਗਈ ਕੋਸ਼ਿਸ਼ ਉੱਥੇ ਜਾਏ ਜਿਹੜੇ ਕਿਸਾਨ ਇਕੱਠੇ ਹੋਏ ਨੇ ਔਰ ਉਸ ਤੋਂ ਬਾਅਦ ਜਿਹੜਾ ਉਸ ਘਟਨਾ ਨੂੰ ਰੰਗਤ ਦਿੱਤੀ ਗਈ ਕਿ ਕਿਵੇਂ ਉਥੇ ਲਾਲ ਕਿਲੇ ਤੇ ਕੇਸਰੀ ਝੰਡਾ ਲੜਾਇਆ ਗਿਆ ਤੇ ਉਸ ਤੋਂ ਬਾਅਦ ਪੂਰੀ ਦੁਨੀਆ ਨੇ ਜੋ ਦੀਪ ਸਿੱਧੂ ਨੂੰ ਪਹਿਲਾਂ ਪਿਆਰ ਮਿਲਦਾ ਸੀ ਉਸ ਪਿਆਰ ਚ ਫਿਰ ਦੀਪ ਸਿੱਧੂ ਦੇ ਖਿਲਾਫ ਨਫ਼ਰਤ ਹੋਣੀ ਸ਼ੁਰੂ ਹੋ ਚੁੱਕੀ ਉਹਨਾਂ ਦੇ ਪਰਚੇ ਵੀ ਦਰਜ ਹੁੰਦੇ ਜੇਲ੍ਹ ਚ ਵੀ ਰਹਿੰਦੇ ਆਗੇ ਨਹੀਂ ਔਰ ਉਸ ਤੋਂ ਬਾਅਦ ਫਿਰ ਉਹ ਪੰਜਾਬ ਦੇ ਵਿੱਚ ਵਿਚਰਦੇ ਨੇ ਤੇ ਫਿਰ ਉਹਨਾਂ ਨੂੰ ਲੱਗਾ ਕਿ ਸਿੱਖੀ ਰੂਪ ਵੱਲ ਦੀਪ ਸਿੱਧੂ ਵਧੇ ਔਰ ਨਾਲ ਲੋਕ ਜੁੜਦੇ ਰਹੇ ਔਰ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਭਾਸ਼ਣ ਜਜਾਰੂ ਰੂਪ ਵਿੱਚ ਦੇਣੇ ਸ਼ੁਰੂ ਕੀਤੇ ਖਾਸ ਕਰਕੇ ਮਾਲਵੇ ਵਿੱਚ ਤੇ ਫਿਰ ਲੋਕ ਜੁੜਦੇ ਗਏ ਫਿਰ ਉਸ ਦੇ ਭਾਸ਼ਣ ਨੂੰ ਦੀਪ ਸਿੱਧੂ ਨੂੰ ਬਹੁਤ ਸਾਰੇ ਲੋਕਾਂ ਨੇ ਵਰਤਨਾ ਸ਼ੁਰੂ ਕੀਤਾ ਹਾਲਾਂਕਿ ਦੀਪ ਸਿੱਧੂ ਅਗਰ ਉਹਨੂੰ ਪੜਿਆ ਜਾਵੇ ਤੇ ਸਹੀ ਡਾਇਰੈਕਸ਼ਨ ਤੇ ਜਾ ਰਹੇ ਸਹੀ ਦਿਸ਼ਾ ਤੇ ਜਾ ਰਹੇ ਸੀ ਲੇਕਿਨ ਕੁਝ ਅਜਿਹੇ ਲੋਕ ਨਾਲ ਜੁੜ ਗਏ ਕਿ ਉਹਨਾਂ ਦੀ ਦਿਸ਼ਾ ਬਦਲ ਗਈ ਤੇ ਦਸ਼ਾ ਵੀ ਖਰਾਬ ਹੋ ਗਈ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਉਹਨੂੰ ਵਰਤਨਾ ਸ਼ੁਰੂ ਕੀਤਾ ਗਿਆ ਲੇਕਿਨ ਉਹਨਾਂ ਕਈ ਰੈਲੀਆਂ ਦੇ ਵਿੱਚ ਇੱਕ ਪਾਸੇ ਤਲਵਾਰ ਫੜੀ ਦੂਜੇ ਪਾਸੇ ਝਾੜੂ ਫੜਿਆ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਕਿ ਹਾਲਾਂਕਿ ਉਸ ਚੋਣ ਦੌਰਾਨ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਨੇ ਹਮੇਸ਼ਾ ਪੰਥਕ ਮੁੱਦਿਆਂ ਵਗੇ ਰੱਖੇ ਸਿਆਸਤ ਦੀ ਲੋਕ ਸਭਾ ਮੈਂਬਰ ਬਣੇ ਤੇ ਉਹ ਵੱਖਰੀ ਗੱਲ ਕਿ ਉਹਨਾਂ ਨੂੰ ਉਦੋਂ ਜਿੱਤ ਨਸੀਬ ਨਹੀਂ ਹੋਈ ਲੇਕਿਨ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਉਹਨੇ ਦੀਪ ਸਿੱਧੂ ਨੂੰ ਬਹੁਤ ਕੈਸ਼ ਤੇ ਕੈਚ ਕਰਦੀ ਕੋਸ਼ਿਸ਼ ਕੀਤੀ ਗਈ ਦੀਪ ਸਿੱਧੂ ਵਾਦਦੇ ਗਏ ਹੈਗੇ ਲੇਕਿਨ ਇੱਕ ਰੋਡ ਹਾਦਸੇ ਦੇ ਵਿੱਚ ਉਹ ਮਾਰੇ ਜਾਂਦੇ ਨੇ ਉਹ ਆਪਣੀ ਇੱਕ ਸਹੇਲੀ ਦੇ ਨਾਲ ਆਪਣਾ ਜਨਮ ਦਿਨ ਮਨਾ ਕੇ ਆ ਰਹੇ ਸੀ ਤੇ ਪਾਣੀ ਪਤਲਾ ਕੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਉਹ ਵੀ ਜਿਹੜੀ ਕੁੜੀ ਉਹ ਫਿਲਮੀ ਐਕਟਰਸ ਸੀ ਪਿੱਛੇ ਜੇ ਸ਼੍ਰੀ ਦਰਬਾਰ ਸਭ ਉਹ ਨਤਮਸ ਤੋਂ ਖੋ ਕੇ ਗਏ ਨੇ ਉਹ ਬਚ ਜਾਂਦੇ ਨੇ ਕਿ ਦੀਪ ਸਿੱਧੂ ਦਾ ਮੌਤ ਹੋ ਜਾਂਦੀ ਹੈ ਬਹੁਤ ਸਾਰੇ ਉਸ ਮੌਤ ਦੇ ਲੋਕ ਲੋਕਾਂ ਨੂੰ ਇਹ ਗੱਲ ਪਚ ਨਹੀਂ ਰਹੀ ਹੈਗੀ ਕਿ ਹਾਸਾ ਨਹੀਂ ਆ ਇਹ ਮਰਡਰ ਆ ਬਹੁਤ ਸਾਰੇ ਲੋਕ ਕਿ ਮੰਨਦੇ ਆ ਗਏ ਨੇ ਲੇਕਿਨ ਉਸ ਮਸਲੇ ਦੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਜਾਂ ਜਾਂਚ ਨਹੀਂ ਹੋਈ ਕਿਉਂਕਿ ਇੱਕ ਰੋਡ ਹਾਦਸਾ ਸੀ ਲੇਕਿਨ ਜਿਹੜੀ ਸ਼ੁਰੂਆਤ ਉਸ ਤੋਂ ਬਾਅਦ ਅਮਰਤਪਾਲ ਸਿੰਘ ਹੋਣਾ ਨੇ ਕੀਤੀ ਉਹਨਾਂ ਨੇ ਕਿਹਾ ਕਿ ਨਹੀਂ ਦੀਪ ਸਿੱਧੂ ਸਾਡਾ ਕੌਮੀ ਸ਼ਹੀਦਾ ਜਿਹੜੀ ਵਾਰਸ ਪੰਜਾਬ ਦੀ ਜਿਹੜੀ ਸ਼ੁਰੂਆਤ ਪੰਥਕ ਧਿਰ ਦੀ ਸ਼ੁਰੂ ਕੀਤੀ ਸੀ ਉਹ ਦੀਪ ਸਿੱਧੂ ਨੇ ਕੀਤੀ ਸਿਰ ਤੋਂ ਮੋਨੇ ਸੀ ਲੇਕਿਨ ਉਹਨਾਂ ਨੇ ਸਿਰ ਤੇ ਪਾਗ ਰੱਖਣੀ ਸ਼ੁਰੂ ਕਰ ਦਿੱਤੀ ਲੇਕਿਨ ਅਮਰਤ ਨਹੀਂ ਸ਼ੱਕਿਆ ਸੀ ਗੁਰੂ ਦੇ ਲੜਨੀ ਲੱਗੇ ਸੀ ਲੇਕਿਨ ਕੋਸ਼ਿਸ਼ ਕਰ ਰਹੇ ਸੀ ਸ਼ਾਇਦ ਉਹਨਾਂ ਨੂੰ ਪ੍ਰਮਾਤਮਾ ਨੇ ਮੌਕਾ ਨਹੀਂ ਦਿੱਤਾਗਾ ਹੋ ਸਕਦਾ ਕਿ ਉਹ ਆਉਣ ਵਾਲੇ ਸਮੇਂ ਚ ਅਮਰਤ ਵੀ ਸ਼ਕਲੇ ਦੇ ਲੇਕਿਨ ਇਸ ਤੋਂ ਪਹਿਲਾਂ ਉਹ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਗਏ ਫਿਰ ਉਸ ਤੋਂ ਬਾਅਦ ਹਾਲਾਂਕਿ ਜਿਹੜੇ ਵਾਰਿਸ ਪੰਜਾਬ ਦੀ ਜਥੇਬੰਦੀ ਆ ਉਹਨੂੰ ਲੈ ਕੇ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਜਿਨ੍ਹਾਂ ਲੋਕਾਂ ਨੇ ਸ਼ੁਰੂਆਤੀ ਤੌਰ ਤੇ ਗਠਨ ਕੀਤਾ ਸੀ ਉਹ ਅਮਰਤ ਪਾਲ ਸਿੰਘ ਦੇ ਨਾਲ ਕਿੰਤੂ ਪ੍ਰੰਤੂ ਹੁੰਦੇ ਰਹੇ ਲੇਕਿਨ ਉਹ ਜਿਹੜਾ ਧੜਾ ਹੁਣ ਸਿੱਖ ਸਿਕ ਸਿਆਸਤ ਤੋਂ ਮੰਡਵੀ ਹੋ ਚੁੱਕਾ ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਲੇਕਿਨ ਜਿਹੜੀ ਹੁਣ ਪੂਰੀ ਜਥੇਬੰਦੀ ਦੀ ਵਾਗ ਡੋਰਾ ਉਹ ਅਮਰਤਪਾਲ ਸਿੰਘ ਹੋਣਾ ਕੋਲ ਆ। ਇਹ ਵੀ ਇੱਕ ਇਤਫਾਕ ਆ ਕਿ ਦੀਪ ਸਿੱਧੂ ਹੁਣੀ ਦੁਬਈ ਤੋਂ ਆਏ ਸੀ ਤੇ ਅਮਰਤਪਾਲ ਸਿੰਘ ਹੁਣੀ ਦੁਬਈ ਤੋਂ ਆਏ ਸੀ। ਦੁਬਈ ਇਹਨਾਂ ਦਾ ਕਾਰੋਬਾਰ, ਟਰੱਕਾਂ ਦਾ ਕਾਰੋਬਾਰ, ਉੱਥੇ ਸ਼ਾਇਦ ਟਰੱਕ ਵੀ ਚਲਾਉਂਦੇ ਹੋਣ ਜਾਂ ਦਫਤਰ ਬੈਠ ਕੇ ਕੰਮਕਾਜ ਵੀ ਕਰਦੇ ਹੋਣ। ਪਸ਼ੋਕੜ ਇਹਨਾਂ ਦਾ ਪਿੰਡ ਜਲਪੁਰ ਖੇੜਾ ਜ਼ਿਲ੍ਹਾ ਅੰਮ੍ਰਿਤਸਰ ਦਾ। ਹੁਣ ਸਿੱਖ ਸਿਆਸਤ ਦੇ ਵਿੱਚ ਇੱਕ ਨਵਾਂ ਚਿਹਰਾ ਬਣ ਚੁੱਕਾ ਹੈ ਸੋਸ਼ਲ ਮੀਡੀਆ ਤੇ ਇਹਨਾਂ ਦੀ ਆਮ ਜਿਹੜੀਆਂ ਹੁਣ ਵੀਡੀਓ ਵਾਇਰਲ ਹੋ ਰਹੀਆਂ ਜਦੋਂ ਸਿਰ ਤੋਂ ਮੋਨੇ ਸੀ ਸੋਹਣੇ ਸਨਖੇ ਸਰਦਾਰ ਸੀ ਇੱਕ ਸ਼ਕੀਨ ਕਿਸਮ ਦੇ ਜਿਹੜੇ ਨੌਜਵਾਨ ਮੁੰਡੇ ਹੁੰਦੇ ਆਪਣੇ ਆਪ ਚ ਫੱਬ ਫੱਬ ਕੇ ਰਹਿਣਾ ਉਸ ਤਰ੍ਹਾਂ ਦਾ ਉਹਨਾਂ ਦਾ ਪਹਿਰਾਵਾ ਸਟਾਈਲ ਸੀ ਲੇਕਿਨ ਅਚਾਨਕ ਕਿ ਪਤਾ ਨਹੀਂ ਉਹਨਾਂ ਨੂੰ ਕਿੱਥੋਂ ਆਵਾਜ਼ ਪੈਂਦੀ ਧੁਰ ਤੋਂ ਆਵਾਜ਼ ਆਉਂਦੀ ਆ ਤੇ ਉਹ ਫਿਰ ਲੱਗਦਾ ਕਿ ਉਹਨਾਂ ਨੂੰ ਵੀ ਕਿ ਉਹ ਸਿੱਖ ਕੌਮ ਦੀ ਅਗਵਾਈ ਕਰਨਗੇ ਇਸ ਕਰਕੇ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਆ ਉਹਦੀ ਉਹ ਵਾਗਡੋਰ ਸੰਭਾਲ ਲੈਂਦੇ ਨੇ ਤੇ ਹੁਣ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਅੰਮ੍ਰਿਤ ਸੰਚਾਰ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਸਭ ਤੋਂ ਵਧੀਆ ਅੰਮ੍ਰਿਤ ਸੰਚਾਰ ਦੀ ਜਿਹੜੀ ਮਹਿੰਮ ਸ਼ੁਰੂ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਅੰਮ੍ਰਿਤ ਸੰਚਾਰ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਘਰ-ਘਰ ਨਸ਼ਾ ਫੈਲ ਚੁੱਕਾ ਹੈ ਖਾਸ ਕਰਕੇ ਸਿੱਖ ਪਰਿਵਾਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਬਾਕੀ ਜਿਹੜੇ ਗੈਰ ਸਿੱਖ ਪਰਿਵਾਰ ਉਹਨਾਂ ਦੇ ਵਿੱਚ ਘੱਟ ਆ ਉਹਨਾਂ ਦੇ ਬੱਚੇ ਹਲ ਅਲਜ ਵੀ ਵੱਖ-ਵੱਖ ਜਿਹੜੀਆਂ ਪਰਖਿਆਵਾਂ ਹੁੰਦੀਆਂ ਨੇ ਚਾਹੇ 10ਵੀਂ ਚਾਹੇ 12ਵੀਂ ਚਾਹੇ ਗ੍ਰੈਜੂਏਸ਼ਨ ਚਾਹੇ ਪੋਸਟ ਗ੍ਰੈਜੂਏਟ ਜਾਂ ਜਿਹੜੇ ਪ੍ਰੋਫੈਸ਼ਨਲ ਕੋਰਸ ਨੇ ਉਹਨਾਂ ਚ ਟੌਪ ਕਰ ਰਹੇ ਨੇ ਲੇਕਿਨ ਜਿਹੜੇ ਸਿੱਖ ਘਰਾਂ ਦੇ ਵਿੱਚ ਕਾਕੇ ਨੇ ਉਹ ਕਾਫੀ ਨਸ਼ਿਆਂ ਦੇ ਵਿੱਚ ਦਲਦਲ ਦੇ ਵਿੱਚ ਫਸੇ ਹੋਏ ਜਾਂ ਕਹਿ ਸਕਦੇ ਕਿ ਵਿਗੜੇ ਹੋਏ ਨੇ ਹੁਣ ਹਾਲਾਂਕਿ ਜਿਹੜੇ ਦੀਪ ਸਿੱਧੂ ਤੇ ਅਮਰਤਪਾਲ ਸਿੰਘ ਦੀ ਕੋਈ ਆਪਸੀ ਕਿਤੇ ਦੋਸਤੀ ਨੇ ਉਹਦੀ ਕਿਤੇ ਮੁਲਾਕਾਤ ਨਹੀਂ ਹੁੰਦੀ ਤੇ ਬਾਅਦ ਚ ਇਹ ਵੀ ਚਰਚਾ ਰਹੀ ਕਿ ਦੀਪ ਸਿੱਧੂ ਹੁਣਾਂ ਤੇ ਉਹਨਾਂ ਦਾ ਫੋਨ ਵੀ ਬਲੌਕ ਕੀਤਾ ਸੀ ਹੁਣ ਸਵਾਲ ਆ ਕਿ ਕਿਉਂ ਕੀਤਾ ਸੀ ਉਹਨਾਂ ਨੇ ਦੀਪ ਸੁੱਧੋ ਨੇ ਕਿਹੋ ਜੀਆਂ ਗੱਲਾਂ ਹੋ ਗਈਆਂ ਨੇ ਆਪਸ ਦੇ ਵਿੱਚ ਜਾਂ ਕੀ ਉਸ ਸਮੇਂ ਹੀ ਵਾਗਡੋਰ ਸੰਭਾਲਣ ਨੂੰ ਲੈ ਕੇ ਹੋਈਆਂ ਹੁਣ ਕਿਉਂਕਿ ਦੁਬਈ ਤੇ ਦੁਬਈ ਕਿਤੇ ਨਾ ਕਿਤੇ ਤੇ ਲਿੰਕ ਹੈ ਸੀ ਇੱਕ ਆਪਸੀ ਜੋੜ ਤੇ ਹੈ ਸੀ ਜਾਂ ਉਸ ਜੋੜ ਦੇ ਵਿੱਚ ਤਰੇੜ ਪੈ ਗਈ ਤੇ ਉਹ ਤਰੇੜ ਦੀਆਂ ਜਿਹੜੀਆਂ ਗੁੰਝਲਾਂ ਨੇ ਜਾਂ ਘੰਡਾਂ ਨੇ ਉਹ ਸਾਰੀ ਜ਼ਿੰਦਗੀ ਹੁਣ ਖੋਲ ਨਹੀਂ ਸਕਦੀਆਂ ਕਿ ਆਖਿਰ ਵਜ੍ਹਾ ਕੀ ਸੀ ਕਿ ਕਿਵੇਂ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਦੋਨਾਂ ਦੇ ਵਿੱਚ ਨਫ਼ਰਤ ਸ਼ੁਰੂ ਹੋ ਗਈ ਇੱਕ ਦੂਜੇ ਨੂੰ ਦੇਖਦੇ ਨਹੀਂ ਸੀ ਤੇ ਨਾ ਇੱਕ ਦੂਜੇ ਨੂੰ ਫੋਨ ਕਰਦੇ ਲੇਕਿਨ ਅਚਾਨਕ ਅੰਮ੍ਰਿਤਪਾਲ ਸਿੰਘ ਉਹਨੇ ਦबई ਤੋਂ ਆਉਂਦੇ ਨੇ ਤੇ ਵਾਰਸ ਪੰਜਾਬ ਦੀ ਜਥੇਬੰਦੀ ਦੀ ਵਾਕਡੋਰ ਸੰਭਾਲ ਲੈਂਦੇ ਨੇ ਸ਼ੁਰੂਆਤ ਤੋਂ ਤਖਸਿਰ ਕੇਸ਼ਗੜ ਸਾਹਿਬ ਤੋਂ ਕਰਦੇ ਨੇ ਤੇ ਫਿਰ ਪਿੰਡ ਰੋਡੇ ਜਿਹੜੇ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਦਾ ਜੱਦੀ ਪਿੰਡ ਨੇ ਉੱਥੇ ਜਾ ਕੇ ਉਹ ਆਪਣੀ ਅਹੁਦਾ ਸੰਭਾਲ ਲੈਂਦੇ ਨੇ ਰਸਮੀ ਤੌਰ ਤੇ ਤੇ ਹੁਣ ਉਹ ਪਿੰਡੋਂ ਪਿੰਡ ਜਾ ਰਹੇ ਨੇ ਤੇ ਅੰਮ੍ਰਿਤ ਸੰਚਾਰ ਲੋਕਾਂ ਨੂੰ ਕਹਿ ਰਹੇ ਨੇ ਕਿ ਗੁਰੂ ਦੇ ਲੜ ਲੱਗੋ ਹਾਲਾਂਕਿ ਕੁਝ ਅਜੀਹੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਨੇ ਜਿਹੜੇ ਬਾਕੀ ਜਿਹੜੇ ਫਿਰਕੇ ਨੇ ਉਹ ਪਸੰਦ ਨਹੀਂ ਕਰ ਰਹੇ ਉਹ ਕਿਉਂ ਨਹੀਂ ਕਰ ਰਹੇ ਵਜ੍ਹਾ ਸਾਫ਼ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਜਿਹੋ ਜਿਹੀਆਂ ਅੰਮ੍ਰਿਤਪਾਲ ਸਿੰਘ ਹੋਣੀਆਂ ਟਿੱਪਣੀ ਕਰਦੇ ਨੇ ਕਿਤੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਜਿਹੋ ਜਿਹੀਆਂ ਅੰਮ੍ਰਿਤਪਾਲ ਸਿੰਘ ਨੂੰ ਟਿੱਪਣੀ ਕਰਦੇ ਉਹੋ ਜਿਹੀਆਂ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਹੁੰਦੀਆਂ ਰਹਿੰਦੀਆਂ ਰਹੀਆਂ ਨੇ ਉਹ ਖਾਸ ਕਰਕੇ ਸਿਰਫ ਸੈਣ ਵਾਲੇ ਵੀ ਕਰਦੇ ਰਹਿੰਦੇ ਨੇ ਇਦਾਂ ਦੀਆਂ ਟਿੱਪਣੀਆਂ ਕਰਦੇ ਰਹਿੰਦੇ ਪਰ ਇਹ ਵੀ ਨਹੀਂ ਕਹਿ ਸਕਦੇ ਕਿ ਜਿਹੜੀਆਂ ਅਮਰਤਪਾਲ ਸਿੰਘ ਨੂੰ ਟਿੱਪਣੀਆਂ ਉਹ ਸਾਰਿਆਂ ਨੂੰ ਪਸੰਦ ਆਵੇ ਜਾਂ ਅਮਰਤਪਾਲ ਸਿੰਘ ਜੋ ਬੋਲ ਰਹੇ ਨੇ ਉਹ ਸਾਰਿਆਂ ਨੂੰ ਪਸੰਦ ਆਵੇ ਜਾਂ ਜਿਹੜੇ ਸ਼ਿਵ ਸੈਨਾ ਵਾਲੇ ਬੋਲਦੇ ਸੀ ਜੋ ਕੁਝ ਬੋਲਦੇ ਸੀ ਉਹ ਸਾਰਿਆਂ ਨੂੰ ਪਸੰਦ ਕਿਉਂਕਿ ਸਾਰਿਆਂ ਦੀ ਪਸੰਦ ਦੇ ਮਤਾਬਕ ਤੇ ਕੋਈ ਬੋਲ ਨਹੀਂ ਸਕਦਾ ਤੇ ਨਾ ਹੀ ਕੋਈ ਏਡਾ ਬੰਦਾ ਨਿਪੁੰਨ ਹੁੰਦਾ ਨਾ ਹੀ ਯੋਗ ਹੁੰਦਾ ਤੇ ਨਾ ਹੀ ਪਰਪੱਕ ਹੁੰਦਾ ਹੁਣ ਅਮਰਤਪਾਲ ਸਿੰਘ ਇੱਕ ਨਵਾਂ ਸਿਆਸਤ ਦੇ ਵਿੱਚ ਚਿਹਰਾ ਹੁੰਦੇ ਇਹ ਵੀ ਸਿਰ ਤੋਂ ਮੋਨੇ ਸੀ ਹੁਣ ਤੀਜਾ ਜਿਹੜਾ ਚਿਹਰਾ ਜਿਨ੍ਹਾਂ ਨੇ ਜਿਹੜੀ ਥਾਂ ਲੈ ਲਈਆ ਦੀਪ ਸਿੱਧੂ ਦੇ ਤਾਂ ਕੀ ਸੀ ਇਹ ਅਸੀਂ ਨਹੀਂ ਦੱਸਾਂਗੇ ਉਹਨੂੰ ਲੋਕ ਕਿਵੇਂ ਦੇਖਦੇ ਕਿਉਂਕਿ ਜਿਸ ਦਿਨ ਉਹ ਪੂਰੇ ਹੁੰਦੇ ਜਿੱਦਨ ਉਹਦਾ ਸੰਸਕਾਰ ਹੁੰਦਾ ਉਦੋਂ ਵੀ ਉਹਨਾਂ ਦੇ ਜਿਹੜੇ ਪਿੰਡ ਥਰੀਕੇ ਵਾਲੇ ਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਜਿਸ ਦਿਨ ਉਹਨਾਂ ਦਾ ਭੋਗ ਸੀ ਉਦੋਂ ਵੀ ਸ੍ਰੀ ਫਤਗੜ ਸਾਹਿਬ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਆਗੇ ਨੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਹੁਣ ਲੋਕ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਵੀ ਲੱਗ ਰਹੇ ਨੇ ਅਮਰਤਪਾਲ ਸਿੰਘ ਵੀ ਵੱਖ-ਵੱਖ ਜਗ੍ਹਾ ਤੇ ਜਾ ਰਹੇ ਨੇ ਜਿੱਥੇ-ਜਿੱਥੋਂ ਲੱਗਦਾ ਕਿ ਜਾਣਾ ਚਾਹੀਦਾ ਚਾਹੇ ਤਕਸੀਰ ਕੇਸਗੜ੍ਹ ਵਿੱਚ ਆ ਪਿੰਡ ਰੋਡੇ ਵਾਰ-ਵਾਰ ਜਾ ਰਹੇ ਨੇ ਚਾਹੇ ਉਹ ਅਕਾਲ ਤਖਤ ਸਾਹਿਬ ਤੇ ਪਹੁੰਚੇ ਐ ਐਤਵਾਰ ਜਿੱਥੇ ਲੋਕਾਂ ਨੂੰ ਗੁਰੂ ਦੇ ਲੜ ਲੱਗੇ ਨੇ ਅੰਮ੍ਰਿਤ ਛਕਾਇਆ ਜਾਂਦਾ ਇਹ ਨਵੀਂ ਗੱਲ ਨਹੀਂ ਉੱਥੇ ਅਕਾਲ ਤਖਤ ਸਾਹਿਬ ਹਰ ਬੁੱਧਵਾਰ ਤੇ ਹਰ ਐਤਵਾਰ ਉੱਥੇ ਅੰਮ੍ਰਿਤ ਛਕਾਏ ਜਾਂਦੇ ਨੇ ਗੁਰੂ ਦੇ ਲੜ ਲੋਕ ਲੜਦੇ ਨੇ ਔਰ ਐਤਵਾਰ ਹਮੇਸ਼ਾ ਉੱਥੇ ਸ਼ਰਧਾਲੂਆਂ ਦੀ ਭੀੜ ਰਹਿੰਦੀ ਹੁੰਦੀ ਔਰ ਸ਼ਰਧਾਲੂਆਂ ਦੀ ਕੋਈ ਗਿਣਤੀ ਨਹੀਂ ਹੁੰਦੀ ਸ਼ਰਦਾ ਦੀ ਕੋਈ ਤੋਲ ਨਹੀਂ ਹੁੰਦਾ ਸ਼ਰਦਾ ਦਾ ਕੋਈ ਮੋ ਉਹ ਫਿਰ ਪਿੰਡ ਬੁੱਢਾ ਜੋੜ ਰਾਜਸਥਾਨ ਚ ਵੀ ਜਾਂਦੇ ਨੇ ਉਹ ਵੀ ਜਾ ਰਹੇ ਨੇ ਉਹ ਤਿੱਜਾ ਜਿਹੜਾ ਚਿਹਰਾ ਇੱਕ ਤੇ ਦੀਪ ਸਿੱਧੂ ਹੀ ਉਹ ਵੀ ਮੋਨੇ ਸੀ ਸਿਰ ਤੋਂ ਲੇਕਿਨ ਉਹ ਜਿੰਨੀ ਕੀ ਕਮਾਈ ਕਰਕੇ ਗਏ ਨੇ ਉਹ ਸਿੱਖ ਇਤਿਹਾਸ ਦੇ ਵਿੱਚ ਲਿਖੀ ਗਏ ਹੁਣ ਜੋ ਅਮਰਪਾਲ ਸਿੰਘ ਇਹ ਵੀ ਸਿਰ ਤੋਂ ਮੋਨੇ ਸੀ ਜੋ ਕੁਝ ਕਰ ਰਹੇ ਨੇ ਉਹਨਾਂ ਦਾ ਵੀ ਇਤਿਹਾਸ ਲਿਖਿਆ ਜਾ ਰਿਹਾ ਹੁਣ ਜਿਹੜਾ ਸੰਦੀਪ ਸਿੰਘ ਸੰਨੀ ਆ ਜਿਨ੍ਹਾਂ ਦੀ ਉਮਰ 30 32 ਸਾਲ ਦੱਸੀ ਜਾ ਰਿਹਾ ਉਹ ਜਿਨ੍ਹਾਂ ਸੁਦੀਰ ਸੂਰੀ ਦਾ ਕਤਲ ਕੀਤਾ ਕਿਉਂਕਿ ਸੁਦੀਰ ਸੂਰੀ ਜਦੋਂ ਵੀ ਬੋਲੇ ਉਹਨਾਂ ਦੇ ਮੂੰਹੋਂ ਅੱਗ ਬੋਲੀ ਉਹਨਾਂ ਦੇ ਮੂੰਹੋਂ ਨਫ਼ਰਤ ਬੋਲੀ ਉਹਨਾਂ ਦੇ ਮੂੰਹੋਂ ਆਪਸੀ ਕੜਤਨ ਵਧਈਆ ਅਜਿਹਾਂ ਟਿੱਪਣੀਆਂ ਕਰਦੇ ਸੀ ਜੋੜੀਆਂ ਟਿੱਪਣੀਆਂ ਬਰਦਾਸ਼ਤ ਕਰਨੀਆਂ ਔਖੀਆਂ ਹੋ ਗਈਆਂ ਸੀ ਪਰ ਹਰ ਕੋਈ ਆਪਣੇ ਜਜ਼ਬਾਤਾਂ ਤੇ ਕੰਟਰੋਲ ਨਹੀਂ ਕਰ ਸਕਦਾ ਹਰ ਕੋਈ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਰੱਖ ਸਕਦਾ ਹਾਲਾਂਕਿ ਵੈਸੇ ਤਾਂ ਕਾਨੂੰਨ ਕਹਿੰਦਾ ਹੈ ਕਿ ਜਦੋਂ ਬੱਚਾ 18 ਸਾਲ ਦਾ ਹੋ ਜੇ ਤੇ ਜੋ ਜਜ਼ਬਾਤਾਂ ਤੇ ਕੰਟਰੋਲ ਕਰ ਲਈ ਤੇ ਠੀਕ ਹੈ ਨਹੀਂ ਤੇ ਕਾਨੂੰਨ ਹਰ ਇੱਕ ਨੂੰ ਕਾਨੂੰਨ ਆਪਣੇ ਹਿਸਾਬ ਦੇ ਨਾਲ ਸਜ਼ਾ ਦਿੰਦਾ ਹੈ ਹੁਣ ਸੰਦੀਪ ਸਣੀ ਸਿਰ ਤੋਂ ਵੀ ਮੋਨੇ ਸੀ ਉਹਨਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਨੇ 220 ਚ ਉਹਨਾਂ ਵੀ ਅੰਮ੍ਰਿਤ ਛਕਿਆ ਹਥਿਆਰਾਂ ਦਾ ਵੀ ਸ਼ੌਂਕ ਹੈ ਰਵਾਲਵਰ ਵੀ ਉਹਨਾਂ ਲਿਆ ਛੋਟੇ ਛੋਟੇ ਨੰਨੇ ਨੰਨੇ ਬੱਚੇ ਨੇ 18 ਮਹੀਨਿਆਂ ਦੀ ਕੁੜੀ ਐ ਸਵਾ ਮਹੀਨੇ ਦਾ ਬੱਚਾ ਚੰਗਾ ਕਾਰੋਬਾਰੀ ਵੀ ਇੱਕ ਦੋ ਨੰਨੇ ਬੱਚਿਆਂ ਦਾ ਪਿਓ ਚੰਗਾ ਕਾਰੋਬਾਰੀ ਉਹ ਆਖਰ ਕਿਵੇਂ ਇੰਨਾ ਭੜਕ ਜਾਂਦਾ ਕਿਵੇਂ ਇੰਨਾ ਗੁਮਰਾਹ ਹੋ ਜਾਂਦਾ ਕਿ ਉਹ ਹਥਿਆਰ ਚੁੱਕ ਲੈਂਦਾ ਹੈਗਾ ਔਰ ਪੰਜਾਬ ਦੇ ਵਿੱਚ ਹਥਿਆਰ ਰੱਖਣਾ ਕੋਈ ਨਵੀਂ ਗੱਲ ਨਹੀਂ ਹੈ ਹਥਿਆਰ ਇੱਕ ਪੰਜਾਬ ਦੇ ਵਿੱਚ ਸਟੇਟਸ ਸਿੰਬਲ ਵੀ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਕੋਲ ਹਥਿਆਰ ਨੇ ਲਾਇਸੈਂਸ ਚਾਹੇ ਉਹ ਬੰਦੂਕ ਦੇ ਰੂਪ ਚ ਹੋਵੇ ਚਾਹੇ ਰਵੋਲਵਰ ਚਾਹੇ ਪਿਸਟਲ ਇਹ ਹਰ ਇੱਕ ਦੇ ਘਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਕੋਲ ਖਾਸ ਕਰਕੇ ਰਮਾਲਵਾੜ ਦੇ ਵਿੱਚ ਫੈਸ਼ਨ ਕਹਿ ਲੋ ਟੌਰ ਕਹਿ ਲੋ ਜਾਂ ਕਹਿ ਲੋ ਕਿ ਆਪਣੀ ਸਵੈ ਜਾਂ ਪਰਿਵਾਰ ਦੀ ਰੱਖਿਆ ਕਰਨ ਵਾਸਤੇ ਲੋਕ ਹਥਿਆਰ ਰੱਖਦੇ ਪਰ ਹਥਿਆਰ ਰੱਖਣਾ ਉਹ ਵੀ ਇੱਕ ਜਿਗਰਾ ਚਾਹੀਦਾ ਹਥਿਆਰ ਚਲਾਉਣ ਵਾਸਤੇ ਵੀ ਜਿਗਰਾ ਚਾਹੀਦਾਗਾ ਕਿਉਂਕਿ ਮਾੜੇ ਦਿਲਾਂ ਦਾ ਇੱਕ ਜਿਹੜੀ ਖੇਡ ਨਹੀਂ ਹਥਿਆਰ ਰੱਖਣਾ ਜਾਂ ਹਥਿਆਰ ਦੇ ਸ਼ੌਂਕ ਰੱਖਣਾਗਾ ਜਿਹਦਾ ਜਿਗਰਾ ਵੱਡਾ ਹੋਊਗਾ ਪਰ ਕੁੱਲ ਮਿਲਾ ਕੇ ਜਿਹੜਾ ਉਹਨਾਂ ਨੇ ਸੁਦੀਰ ਚੌਧ ਸੂਰੀ ਨੂੰ ਜਿਹੜਾ ਉਦਣ ਕਤਲ ਕੀਤਾਗਾ ਐਡੀ ਵੱਡੀ ਗਿਣਤੀ ਉੱਥੇ ਫੋਰਸ ਹੋਵੇ ਸੁਦੀਰ ਸੂਰੀ ਦੇ ਆਪਣੇ ਗਨਮਣ ਉੱਥੇ ਲੋਕਲ ਪੁਲਿਸ ਹੋਵੇ ਔਰ ਜਿਹੜੇ ਸੁਦੀਰ ਸੂਰੀ ਦੇ ਨਾਲ ਸ਼ਿਵ ਸੈਨਾ ਦੇ ਲੱਗ ਉਹਨਾਂ ਕੋ ਵੀ ਹਥਿਆਰ ਔਰ ਇਸ ਪੂਰੇ ਐਪੀਸੋਡ ਦੇ ਵਿੱਚ ਜੋ ਦੋ ਦਿਨ ਤੋਂ ਧਰਨਾ ਚੱਲ ਰਿਹਾ ਸੀ ਆਖਰ ਕੀ ਸੰਦੀਪ ਸੱਣੀ ਦੀ ਦੁਕਾਨ ਦੇ ਸਾਹਮਣੇ ਧਰਨਾ ਸੀ ਉਹਦੇ ਕੋਲ ਗਾਹਕ ਨਹੀਂ ਆ ਰਹੇ ਸੀ ਇਹ ਵਜ੍ਹਾ ਸੀ ਜਾਂ ਜਿਹੜੇ ਫਿਰ ਸੁਦੀਰ ਸੂਰੀ ਦੇ ਮੂੰਹੋਂ ਆਗ ਨਿਕਲੀ ਹੈ ਨਫ਼ਰਤ ਨਿਕਲੀ ਉਹ ਵਜ੍ਹਾ ਸੀ ਜਾਂ ਫਿਰ ਸੰਦੀਪ ਸੱਣੀ ਮੌਕਾ ਦੇਖ ਰਿਹਾ ਸੀ ਇਹ ਸਾਰੀਆਂ ਹੁਣ ਘਟਨਾਵਾ ਜਾਂਚ ਦਾ ਵਿਸ਼ਾ ਇੱਕ ਸੈਟ ਬਣ ਚੁੱਕਿਆ ਲੇਕਿਨ ਇੰਨੀ ਪੁਲਿਸ ਦੀ ਨਫ਼ਰੀ ਦੇ ਵਿੱਚ ਵੈਲ ਟ੍ਰੇਨ ਕਮਾਂਡ ਹੋਣ ਉਹਨਾਂ ਦੀ ਹਾਜ਼ਰੀ ਦੇ ਹਿੱਕ ਤਾਣ ਕੇ ਘੋਲੀਆਂ ਚਲਾਉਣੀਆਂ ਇਹ ਜਿਹੜੀ ਇਹਨੂੰ ਮੈਨੀਪੂਲੇਸ਼ਨ ਹੀ ਕਹਿ ਸਕਦੇ ਆਗੇ ਕਿਉਂਕਿ ਜਿਹੜੇ ਟਾਰਗੇਟ ਟਾਰਗੇਟਿੰਗ ਕਿਲ ਹੁੰਦੀ ਆ ਉਹ ਨੱਠ ਕੇ ਭੱਜ ਕੇ ਚੋਰੀ ਛੱਪੇ ਉਹ ਹੁੰਦੀ ਆ ਜਿਹੜਾ ਸਾਹਮਣੇ ਅੱਗੇ ਨੂੰ ਲੱਗਦਾ ਕਿ ਮੌਤ ਮੇਰੀ ਵੀ ਆ ਮੌਤ ਮੈਨੂੰ ਵੀ ਸੱਦਾ ਦੇ ਰਹੀ ਆ ਉੱਥੇ ਫਿਰ ਸਵਾਲ ਹੁੰਦਾ ਹੈ ਕਿ ਟਾਰਗੇਟ ਕਿਲਿੰਗ ਨਹੀਂ ਹੁੰਦੀ ਕਿਉਂਕਿ ਟਾਰਗੇਟ ਕਿਲਿੰਗ ਆਲੇ ਤੇ ਬੰਦੇ ਛੇਤੀ ਲੱਭਦੇ ਨਹੀਂ ਆਗੇ ਇੱਥੇ ਇੱਥੇ ਬਹੁਤ ਸਾਰੇ ਟਾਰਗੇਟ ਕਿਲ ਹੋਏ ਨੇ ਜਿਹੜੀ ਮਾਤਾ ਦਲੀਪ ਕੌਰ ਉਹਨਾਂ ਦੀ ਟਾਰਗੇਟਿੰਗ ਕਿਉਂ ਹਜੇ ਤੱਕ ਪੁਲਿਸ ਨੂੰ ਨਹੀਂ ਲੱਭਿਆ ਗਿਆ ਆਰਐਸ ਦੇ ਜਿਹੜੇ ਉੱਥੇ ਸੀ ਬਰਗੀਡੀਅਰ ਗਗਨੇਜਾ ਉਹਨਾਂ ਦੀ ਟਾਰਗੇਟਿੰਗ ਕਿਲਿੰਗ ਹੋਈ ਸੀ ਬੜੇ ਚਿਰਾਂ ਬਾਅਦ ਲੱਭੇ ਟਾਰਗੇਟ ਕਿਲਿੰਗ ਵਾਲੇ ਬੰਦੇ ਬਹੁਤ ਦੇਰ ਨਾਲ ਲੱਭਦੇ ਆਗੇ ਕਿਉਂਕਿ ਅਟੈਕ ਜਦੋਂ ਕਰਦੇ ਨੇ ਉਹ ਹਨੇਰੇ ਸਵੇਰੇ ਰਾਹ ਜਾਂਦੇ ਤੇ ਕਰਦੇ ਆ ਲੇਕਿਨ ਜਿਹੜਾ ਸੰਦੀਪ ਸਣੀ ਨੇ ਕੀਤਾ ਇਹਨੇ ਤੇ ਜਨਤਕ ਤੌਰ ਤੇ ਕੀਤਾ ਪੁਲਿਸ ਦੀ ਹਾਜ਼ਰੀ ਦੇ ਵਿੱਚ ਕੀਤਾ ਉਹਨਾਂ ਨੂੰ ਪਤਾ ਹੀ ਕਿ ਗੋਲੀਆਂ ਉਧਰੋਂ ਵੀ ਵੱਜ ਸਕਦੀਆਂ ਹੈਗੀਆਂ ਤੇ ਫਿਰ ਅਜਿਹੇ ਮੌਕੇ ਟਾਰਗੇਟਿੰਗ ਕਿਲਿੰਗ ਇਹਨੂੰ ਜਾਂਚਦਾ ਵਿਸ਼ਾ ਲੇਕਿਨ ਇਹ ਵੀ ਸਿਰ ਤੋਂ ਮੋਨੇ ਸਨ ਹੁਣ ਸੀਪੀ ਜਿਹੜੇ ਅੰਮ੍ਰਿਤਸਰ ਨੇ ਔਰ ਉਹ ਪਾਲਸੀ ਕੋ ਕਹਿ ਚੁੱਕੇ ਨੇ ਕਿ ਖੁਦ ਹੀ ਇਹਨੇ ਆਪਣੇ ਆਪ ਚ ਇਹਨਾਂ ਨੇ ਗਰਮ ਖਿਆਲੀ ਰੂਪ ਵਿੱਚ ਢਾਲ ਲਿਆ ਸੀ ਕਿ ਸ਼ਾਇਦ ਉਹ ਬਰਦਾਸ਼ਤ ਨਾ ਕਰ ਪਏ ਇਹ ਸਾਰੀਆਂ ਜਾਂਚ ਦੀਆਂ ਵਿਸ਼ਾ ਲੇਕਿਨ ਸਾਡਾ ਜਿਹੜਾ ਕਿ ਕਿਵੇਂ ਸਿੱਖੀ ਦੇ ਲੜ ਲੱਗੇ ਮੁੰਡੇ ਕਿਵੇਂ ਹੀਰੋ ਬਣਦੇ ਨੇ ਜਾਂ ਨਾਇਕ ਬਣਦੇ ਜਾਂ ਖਲਾਇਕ ਬਣਦੇ ਨੇ ਇਹ ਤੇ ਆਸ ਨੇ ਫੈਸਲਾ ਕਰਨਾ ਪੰਜਾਬ ਦੀ ਜਨਤਾ ਨੇ ਫੈਸਲਾ ਕਰਨਾ ਦੀਪ ਸਿੱਧੂ ਨੂੰ ਲੋਕ ਕੀ ਦੇਖਦੇ ਆਗੇ ਨੇ ਉਹ ਲੋਕ ਜੱਜ ਕਰ ਚੁੱਕੇ ਨੇ ਅਮਰਤਪਾਲ ਸਿੰਘ ਨੂੰ ਕਿਵੇਂ ਲੋਕ ਦੇਖ ਰਹੇ ਨੇ ਇਹ ਵੀ ਆਉਣ ਵਾਲੇ ਸਮੇਂ 'ਚ ਜੱਜ ਕਰਨਗੇ ਤੇ ਸੰਦੀਪ ਸੰਨੀ ਉਹਨੂੰ ਲੋਕ ਜੱਜ ਕਰ ਚੁੱਕੇ ਨੇ ਉਹ ਵੀ ਸਭ ਕੁਝ ਹੋ ਗਿਆ ਲੇਕਿਨ ਹੈ ਤਿੰਨਾਂ ਦਾ ਕਿਤੇ ਨਾ ਕਿਤੇ ਇਤਫਾਕ ਆ ਹਕੀਕਤ ਵੀ ਕਹਿ ਸਕਦੇ ਕਲਪਨਾ ਨਹੀਂ ਹੋ ਸਕਦੀ ਜਜ਼ਬਾਤ ਹੋ ਸਕਦੇ ਨੇ ਦੇਖਦੇ ਕਿ ਆਉਣ ਵਾਲੇ ਸਮੇਂ 'ਚ ਇਹ ਕੀ ਕੁਝ ਵਾਪਰਦਾ ਹੈਗਾ ਪਰ ਹਸਿੱਤਾ ਹਮੇਸ਼ਾ ਪੰਜਾਬ ਦੀ ਖੈਰ ਹੀ ਮੰਗਾਗੇ ਪੰਜਾਬ ਦੀ ਸੋਖੀ ਮੰਗਾਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ